दिनों दिन लुटेरियां दे हौसले बुलंद हुंदे जा रहे ने, उत्थे ही पुलिस प्रशासन ते इन्हां लुट्टां नूं लैके सवाल भी खड़े हुंदे ने। ताज़ा मामले अनुसार फगवाड़ा दे विच एक एटीएम लुट्टिया गया है, जिस विचों 23 लाख की नकदी लैके लुटेरे फरार हो गए ने। SBI ਦੇ ਬੈਂਕ ਮੈਨੇਜਰ ਨੇ ਦੱਸਿਆ ਕਿ ਅੱਜ ਤੜਕਸਰ ਕਰੀਬ 3:05 ਤੇ ਦੋ ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਆਏ ਤੇ ਗੈਸ ਕਟਰ ਦੇ ਨਾਲ ATM ਕੱਟ ਕੇ ਉਸ ਵਿੱਚੋਂ 23 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਰ ਕੀ ਮਾਮਲਾ ਹੋਇਆ ਜਿਹੜਾ ਅੱਜ ਇੱਕ ATM ਦੀ ਲੁੱਟ ਹੋਈ ਹੈ? ਸਰ ATM ਕੁਝ ਲੋਕਾਂ ਨੇ ਆਪਣਾ ਕੱਟ ਕੇ ATM ਵਿੱਚੋਂ ਪੈਸੇ ਕੱਢ ਲਏ ਹੈਗੇ। ਸਰ ਕਿੰਨੀ ਪੇਮੈਂਟ? ਤਕਰੀਬਨ 23 ਲੱਖ ਰੁਪਏ ਅਸੀਂ ਕੱਲ ਪਾ ਕੇ ਗਏ। ਕਿੰਨੇ ਦੀ ਕਿੰਨੀ ਵਜੇ ਵਾਰਦਾਤ ਆ ਰਹੀ ਹੈ ਇਸ ਵਿੱਚ? ਵਾਰਦਾਤ ਤਕਰੀਬਨ 3:05 ਤੇ। ਤੇ ਇਹਨਾਂ ਦਾ ਕੈਸ਼ ਦਾ? ਸਰ ਕੈਸ਼ 23 ਲੱਖ। ਤੇ ਕਿੰਨੇ ਵਿਅਕਤੀ ਜੋ CC ਕੈਮਰੇ ਲੱਗੇ ਉੱਚ ਕਿੰਨੇ ਵਿਅਕਤੀ ਆ ਰਹੇ ਆ? ਸਮਝ ਵਿਅਕਤੀ ਆਏ ਕਿ ਕਿਸ ਚੀਜ਼ ਤੇ ਆਏ ਆ? ਇਹ ਕਾਰ ਵਿੱਚ ਆਏ ਆ, ਬ੍ਰੈਜ਼ਰ ਕਾਰ। ਤੇ ਕੀ ਕੋਈ ਬੈਂਕ ਦਾ ਕੋਈ ਸਿਕਿਉਰਿਟੀ ਗਾਰਡ ਵਗੈਰਾ? ਨਹੀਂ, ਸਿਕਿਉਰਿਟੀ ਗਾਰਡ ਕੋਈ ਨਹੀਂ ਸੀ। ਸ਼ਟਰ ATM ਦਾ ਬੰਦ ਸੀਗਾ ਉਸ ਸਮੇਂ। ਸਿਕਿਉਰਿਟੀ ਗਾਰਡ ਕੋਈ ਨਹੀਂ। ਸਿਕਿਉਰਿਟੀ ਗਾਰਡ ਦਿਨ ਵਿੱਚ ਹੁੰਦਾ ਹੈ? ਦਿਨ ਵਿੱਚ ਹੁੰਦਾ ਹੈ, ਰਾਤ ਨੂੰ ਨਹੀਂ। ਤੇ ਪੁਲਿਸ ਸੂਚਨਾ ਦਿੱਤੀ ਤੁਸੀਂ? ਹਾਂਜੀ, ਪੁਲਿਸ ਸੂਚਨਾ ਦਿੱਤੀ ਹੈ, ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਜਿਹੜੇ ਤਾਲੇ ਉਹ ਵੀ ਕਟਰ ਨਾਲ ਕੱਟੇ ਜਾਂ ਕਟਾ ਜੀ? ਕਟਰ ਨਾਲ, ਸਾਰੇ ਕਟਰ ਨਾਲ ਕਾਰਵਾਈ ਕੀਤੀ ਹੈ। ਹਾਂ ਸਰ, ਕੀ ਮਾਮਲਾ ਜਿਹੜਾ ATM ਦਾ ਜੋ ਕੱਟਿਆ ਗਿਆ? ਇਹ ਇੱਕ ਨਾ ਆਪਣੇ ਫੋਨ ਆਇਆ ਸੀ ਸਰਪੰਚ ਸਾਹਿਬ ਖਜੂਰਲੇ ਤੋਂ, ਇਹ ATM ਦਾ ਜਿਹੜਾ ਉਹ ਤਾਲਾ ਤੋੜ ਕੇ ਤੇ ਕੋਈ ਨਾਮਲੂਮ ਵਿਅਕਤੀ ਜਿਹੜੇ ਆ ਕੈਸ਼ ਲੈ ਕੇ ਕੱਢ ਗਏ। ਕੈਸ਼ ਕਿੰਨਾ ਸੀ ਸਰ? ਕੈਸ਼ ਆਪਣੇ 23 ਲੱਖ ਦੇ ਕਰੀਬ ਦੱਸ ਰਹੇ ਆ, ਬਾਕੀ ਤਫਤੀਸ਼ ਕਰ ਰਹੇ ਹਾਂ ਜੀ। ਜੋ ਵੀ ਆਪਣੇ ਮੈਨੇਜਰ ਸਾਹਿਬ ਬਿਆਨ ਵਿੱਚ ਲਿਖਾਣਗੇ ਉਹ ਕਾਰਵਾਈ ਹੁਣ ਵਿੱਚ ਲੈਂਦੀ ਜਾਵੇਗੀ ਜੀ। ਕੀ ਕੋਈ CC ਕੈਮਰੇ ਵਗੈਰਾ ਆਇਆ? ਕਿੰਨੇ ਕੁ ਵਿਅਕਤੀ ਆਏ ਸੀ ਤੇ ਕਿੱਦਾਂ ਆਏ ਸੀ ਉਹ? ਹਾਂਜੀ, CCTV ਕੈਮਰੇ ਚੈੱਕ ਕਰ ਰਹੇ ਹਾਂ ਤੇ ਬ੍ਰਿਜਾ ਗੱਡੀ ਆ ਰਹੀ ਆ ਵਾਰਦਾਤ ਕਰਨ ਵਾਲੇ ਵਿਅਕਤੀਆਂ ਦੀ, ਤੇ ਦੋ ਮੋਨੇ ਵਿਅਕਤੀ ਆ ਤੇ ਮੂੰਹ ਬੰਨੇ ਹੋਏ ਆ ਉਹਨਾਂ ਨੇ ਜੀ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ? ਬਿਆਨ ਲੈ ਕੇ ਆਪਣੇ ਮੈਨੇਜਰ ਸਾਹਿਬ ਦਾ ਜੀ FIR ਕਰ ਰਹੇ ਹਾਂ ਤੇ ਬਾਕੀ ਤਫਤੀਸ਼ ਕਰ ਰਹੇ ਹਾਂ ਤੇ ਜਦੋਂ ਵੀ ਆਪਣੇ ਦੋਸ਼ੀ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਨੂੰ ਸੂਚਨਾ ਕਿੰਨੇ ਕੁ ਵਜੇ ਮਿਲੀ ਸਰ? ਸਾਨੂੰ ਮਿਲੀ ਕੋਈ 6:30 ਸਵੇਰੇ ਜੀ। ਓਕੇ। ਫਗਵਾੜਾ ਤੋਂ ਹਰਜੋਤ ਸਿੰਘ ਚਾਨਾ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ TV। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।